ਅਸਲਾਮ ਅਲੈਕੁਮ ਸੋਹਣੇ ਸੱਜਣੋ, ਸੋਹਣੇ ਮਿੱਠੜੇ ਅਤੇ ਮਨ ਭਾਵਣੇ ਪ੍ਰੋਗਰਾਮ ਵਸੇ ਵਰੀਦ ਦੇ ਨਾਲ ਆਪਣੇ ਮੇਜ਼ਬਾਨ ਆਰਿਫ ਮਲਗਾਣੀ ਦਾ ਮੁਹੱਬਤੇ ਭਰਿਆ ਸਲਾਮ ਕਬੂਲ ਕਰੇ ਸੋ। ਕਿਆ ਹਾਲ ਹੈ ਤੁਹਾਡਾ? ਠੀਕ ਠਾਕ ਹੀ ਵੇ, ਖੁਸ਼ ਹੀ ਵੇ, ਰਾਜ਼ੀ ਬਾਜ਼ੀ, ਤਕੜੇ ਤਾਜ਼ੇ? ਉਮੀਦ ਹੈ ਤੁਸੀਂ ਬਿਲਕੁਲ ਠੀਕ ਹੋ ਸੋ, ਅਤੇ ਸਾਡੀ ਨਿਤ ਇਹ ਦੁਆ ਹੁੰਦੀ ਹੈ ਸ਼ਾਲਾ ਸੁਖੀ ਰਹੋ, ਅਬਾਦ ਅਤੇ ਸ਼ਾਦ ਰਹੋ। ਤੁਸੀਂ ਸੱਜਣੇ ਕੋ ਸ਼ਾਲਾ ਤੱਤੀ ਵਾਹ ਨਾ ਲੱਗੇ, ਦੁਸ਼ਮਣ ਦਾ ਵਾਰ ਖਤਾ ਹੋਇਆ ਹੈ, ਸ਼ਾਲਾ ਜਿੱਥ ਪੇਰ ਹੋਇਆ ਹੈ ਉੱਥ ਖੈਰ ਹੋਇਆ ਹੈ। ਸੱਜਣੋ, ਅੱਜ ਦੇ ਵਸੇ ਬਰੀਦ ਦੇ ਵਿੱਚ ਅਸਾਂ ਇਵੇਲੇ ਜ਼ਿਲ੍ਹਾ ਮੁਜ਼ੱਫਰਗੜ੍ਹ ਦੇ ਵਿੱਚ ਹੀ ਮੌਜੂਦ ਇਸੇ, ਔਰ ਹੈੱਡ ਪੰਜ ਨਦ ਦੇ ਉੱਤੇ ਮੌਜੂਦ ਇਸੇ। ਹੈੱਡ ਪੰਜ ਨਦ ਪੰਜ ਮਿਜ਼ਾਜਾਂ ਦੀ ਧਰਤੀ ਹੈ। ਇੱਥੇ ਪੰਜ ਦਰਿਆ ਇਕੱਠੇ ਥੀਂਦਨ, ਪੰਜ ਮਿਜ਼ਾਜ ਇਕੱਠੇ ਥੀਂਦਨ। ਸੱਜਣੋ, ਹੈੱਡ ਪੰਜ ਨਦ ਦੇ ਉੱਤੇ ਸਰੈਕੀ ਵਸੂੰ ਦੇ ਅਸ ਪਵਸ ਦੇ ਇਲਾਕੇ ਦੇ ਲੋਕ, ਮੈਂ ਇਤਨੀ ਗੱਲ ਕਰਨ ਦਾ ਜੁਲਾਂ ਕਿ ਅਲੀਪੁਰ, ਜਤੋਈ, ਚੌਕ ਪਰਮੇਟ, ਸ਼ਹਿਰ ਸੁਲਤਾਨ, ਕਲਰ ਵਾਲੀ, ਅਲੂਦੇ ਵਾਲੀ, ਵਸੰਦੇ ਵਾਲੀ, ਖਾਨਗੜ੍ਹ, ਮੁਜ਼ੱਫਰਗੜ੍ਹ ਤੱਕ ਦੇ ਲੋਕ, ਅਤੇ ਇਹਨੂੰ ਲੰਮੇ ਪਾਸੇ 'ਤੇ ਜੇਕਰ ਅਸੀਂ ਵਜੋਂ ਤੜਨ ਦਾ ਮੁਹੰਮਦਪੁਰ, ਅਹਿਮਦਪੁਰ, ਸ਼ਰਕੀਆ, ਬਹਾਵਲਪੁਰ ਤੱਕ ਦੇ ਲੋਕ, ਉੱਚ ਸ਼ਰੀਫ ਤੱਕ ਦੇ ਲੋਕ, ਈਦ ਖੁਸ਼ੀ ਦੇ ਮੌਕੇ ਦੇ ਉੱਤੇ ਇਹ ਵਹਿਦ ਪੁਆਇੰਟ ਹੈ ਜਿਹੜਾ ਸਾਡੇ ਇਹ ਵਸਬੇ ਦੇ ਲੋਕਾਂ ਦੀ ਤਫਰੀਹ ਗਾਹ ਹੈ। ਕਿਉਂਕਿ ਸਰੈਕੀ ਵਸੂ ਦੇ ਵਿੱਚ ਪਾਰਕਾਂ ਦੀ ਬਹੁ ਜ਼ਿਆਦਾ ਕਮੀ ਹੈ। ਇਸਾਂਗੇ ਈਦ ਖੁਸ਼ੀ ਦੇ ਮੌਕੇ ਦੇ ਉੱਤੇ ਜਿੱਥਾਂ ਤਮਾਮ ਵਸਬਿਆਂ ਦੇ ਲੋਕ ਹੈੱਡ ਪੰਜ ਨਦ ਦੇ ਉੱਤੇ ਇਕੱਠੇ ਥੀਂਦਨ, ਇੱਥੇ ਸੱਜਣੇ ਦਾ ਇੱਕ ਦੂਜੇ ਦੇ ਨਾਲ ਮੇਲ ਮੁਲਾਕਾਤਾਂ ਥੀਂਦਨ, ਔਰ ਮੁਹੱਬਤਾਂ ਦੇ ਵਿੱਚ ਵਧਾਰਾ ਹੁੰਦੇ। ਔਰ ਸਾਡਾ ਪ੍ਰੋਗਰਾਮ ਵਸੇ ਬਰੀਤ ਵੀ ਨਿਰਾ ਨੁੱਛਾ ਰੀਤੇ ਪ੍ਰੀਤਾਂ ਦੇ ਵਧਾਰੇ ਦਾ ਪ੍ਰੋਗਰਾਮ ਹੈ। ਉਹ ਰੀਤ ਪ੍ਰੀਤਾਂ ਜਿਹੜੇ ਇਨਸਾਨ ਕੋ ਇਨਸਾਨ ਦੇ ਨਾਲ ਮੁਕਾਲਮਾ ਕਰਨ ਦੇ ਉੱਤੇ ਮਜਬੂਰ ਕਰਦੀਆਂ ਹਨ, ਉਹ ਸੁਣਿਆ ਰੀਤਾਂ ਜਿਹੜੀਆਂ ਇਨਸਾਨ ਕੋ ਇਨਸਾਨ ਦੇ ਨਾਲ ਜੁੜੇਂਦੀਆਂ ਹਨ, ਔਰ ਮੁਹੱਬਤਾਂ 'ਚ ਵਧਾਰੇ ਦਾ ਕਿਰਦਾਰ ਅਦਾ ਕਰਦੀਆਂ ਹਨ। ਅੱਜ ਉਹ ਰੀਤਾਂ ਜਿੱਥਾਂ ਜਦੀਦ ਦੌਰ ਆ ਗਏ, ਟੈਕਨੋਲੋਜੀ ਦਾ ਦੌਰ ਆ ਗਏ, ਉਹ ਰੀਤਾਂ ਆਹਿਸਤਾ ਆਹਿਸਤਾ ਹੌਲੇ ਹੌਲੇ ਮੁਕੇਵੇ ਵਾਲੇ ਪਾਸੇ ਵੇਹਣਾ ਪੈਣ। ਔਰ ਵਸੇਬ ਟੈਲੀਵਿਜ਼ਨ ਦੀ ਇਹ ਖੂਬਸੂਰਤ ਕਾਵਿਸ਼, ਸੋਹਣੀ ਕਾਵਿਸ਼ ਹੈ ਕਿ ਅਸਾਂ ਵਸੇਬ ਰੀਤ ਪ੍ਰੋਗਰਾਮ ਦੇ ਨਾਲ ਹਰ ਸਰੈਕੀ ਵਸੂ ਦੇ ਹਰ ਵਸਬੇ ਦੇ ਵਿੱਚ ਵੇਂਦੇ ਹੈ, ਔਰ ਇੰਨੇ ਰੀਤ ਸੋਹਣੀਆਂ ਰੀਤਾਂ ਦੇ ਹਵਾਲੇ ਦੇ ਨਾਲ ਗਾਲ ਮੁਹਾੜ ਕਰਦੇ ਹੈ ਸੱਜਣੇ ਦੇ ਨਾਲ, ਔਰ ਉਹਨੇ ਕੋ ਵੱਲ ਇੱਕ ਦਫ਼ਾ ਇਹ ਦੱਸੇਂਦੇ ਹੈ ਅਜੋਕੇ ਦੌਰ ਦੀ ਜਿਹੜੀ ਨਵੀਂ ਨਸਲ ਹੈ, ਹਾਸੇਕਾਰੂ ਕੋ ਦੱਸੇਂਦੇ ਹੈ ਕਿ ਵੀ ਅੱਜ ਤੋਂ 30 ਸਾਲ ਪਹਿਲੇ, ਜਾਂ ਅੱਜ ਤੋਂ 40 ਸਾਲ ਪਹਿਲੇ, ਜਾਂ ਅੱਜ ਤੋਂ ਸਿੱਧਾ ਪਹਿਲੇ ਇਨਸਾਨ ਇਨਸਾਨ ਦੇ ਨਾਲ ਕਿਤਨਾ ਪਿਆਰ ਕਰਦਾ ਹਾਂ, ਔਰ ਰਿਸ਼ਤਿਆਂ ਦੀ ਕਿਤਨੀ ਅਹਿਮੀਅਤ ਹੁੰਦੀ ਹੈ, ਕਿਤਨਾ ਮੁਹੱਬਤਾਂ ਹੋ ਜਾਣ, ਕਿਤਨਾ ਇਹਤਰਾਮ ਹੁੰਦਾ ਹਾਂ, ਕਿਤਨਾ ਅਦਬ ਹੁੰਦਾ ਹਾਂ। ਔਰ ਮੈਂ ਆਪਣੇ ਪ੍ਰੋਗਰਾਮ ਵਸੇਬ ਰੰਗ ਦੇ ਵਿੱਚ ਵੀ ਕਈ ਕਈ ਵੇਲੇ ਮਤਲਬ ਇਹ ਗੱਲ ਕਰਦਾ ਰਹਿ ਪੈਂਦਾ ਕਿ ਉਹਲੇ ਉਹ ਦੌਰ ਹਾ ਜਿਹੜੇ ਵੇਲੇ ਟ੍ਰੈਫਿਕ ਇਤਨੀ ਘੱਟ ਆਈ ਕਿ ਕਈ ਦੂਰ ਦਰਾਜ਼ ਦੇ ਇਲਾਕੇ ਦੇ ਵਿੱਚ ਮੋਟਰਾਂ ਚੱਲਦੀਆਂ ਹਨ, ਬੱਸਾਂ ਚੱਲਦੀਆਂ ਹਨ, ਸ਼ੋਅ ਵਾਲੀਆਂ ਬੱਸਾਂ, ਔਰ ਇੱਕ ਅੱਧ ਬੱਸ ਚੱਲੇ ਹਾਂ, ਔਰ ਉਹ ਜ਼ਮਾਨਾ ਹਾ ਕੋਈ ਸ਼ਾਦੀ ਖੁਸ਼ੀ ਥੀ ਵੇ ਹਾ, ਅਤੇ ਉੱਠ ਕਚਾਵਿਆਂ ਦਾ ਜ਼ਮਾਨਾ ਹਾ, ਜੰਝੂ ਬਰਾਤਾਂ ਉੱਠ ਕਚਾਵਿਆਂ ਦੇ ਉੱਤੇ ਵੇਂਦੇ ਹਨ। ਅਤੇ ਉਹ ਦੌਰ ਦੀ ਜਿਵੇਂ ਵੇਲੇ ਮੈਂ ਗੱਲ ਕਰਦਾ, ਔਰ ਉਹਲੇ ਥੀਏਟਰ ਹੁੰਦੇ ਹਨ, ਮੇਲੇ ਠੇਲੇ ਹੁੰਦੇ ਹਨ, ਮੁਸ਼ਾਇਰਿਆਂ ਦੇ ਰੱਜ ਕੇ ਮੁਸ਼ਾਇਰੇ ਹੁੰਦੇ ਹਨ, ਔਰ ਲੋਕਾਂ ਦੇ ਨਾਲ ਮਿਲਦੇ ਹਨ, ਔਰ ਮਿਲ ਕੇ ਤਾਲੁਕਾਤ ਦੇ ਵਿੱਚ ਵਧਾਰਾ ਥੀਂਦਾ। ਅਗਰ ਤਾਲੁਕਾਤ ਦੇ ਵਿੱਚ ਵਧਾਰਾ ਹੋਵੇ ਤਾਂ ਇਨਸਾਨ ਦੇ ਅੰਦਰ ਸੁੱਖ ਆਉਣ ਸ਼ੁਰੂ ਥੀ ਵੇਂਦੇ, ਕਿਉਂਕਿ ਇੰਝੇ ਮੇਲਿਆਂ ਦੇ ਵਿੱਚ ਵਪਾਰੀ ਵੀ ਆਇਆ ਖੜਾ ਹੁੰਦੇ, ਤਾਜਰ ਵੀ ਆਇਆ ਖੜਾ ਹੁੰਦੇ, ਸੁਨਾਰਾ ਵੀ ਆਇਆ ਖੜਾ ਹੁੰਦੇ, ਕੁੰਭਾਰ ਵੀ ਆਉਂਦੇ, ਲੁਹਾਰ ਵੀ ਆਉਂਦੇ, ਇੰਝੇ ਮੇਲ ਦੇ ਵਿੱਚ ਹਰ ਮਕਤਬ ਫਿਕਰ ਦਾ ਇਨਸਾਨ ਸ਼ਾਮਿਲ ਹੁੰਦੇ, ਔਰ ਹਰ ਇਨਸਾਨ ਦੇ ਦੂਜੇ ਇਨਸਾਨ ਦੇ ਨਾਲ ਸੁਝਾਣ ਵੱਧਦੀ ਹੈ। ਜਿੱਥੇ ਸੁਝਾਣ ਵੱਧਦੀ ਹੈ ਉੱਥਾਂ ਉਹਨਾਂ ਦੇ ਜਿਹੜੇ ਜ਼ਿੰਦਗੀ ਦੇ ਮਾਮੂਲਾਤ ਹਨ, ਮਾਮੂਲਾਤ ਜ਼ਿੰਦਗੀ, ਉਹਨਾਂ ਦੇ ਵਿੱਚ ਉਹਨਾਂ ਦੀ ਆਪਸ ਦੇ ਵਿੱਚ ਜੁੜਤ ਵੱਧ ਵੇਂਦੀ ਹੈ। ਜਿਵੇਂ ਵੇਲੇ ਉਹ ਜੁੜਤ ਵੱਧ ਵੇਂਦੀ ਹੈ ਅਤੇ ਇਨਸਾਨ ਸੌਖਾ ਥੀ ਵੇਂਦੇ, ਇੱਕ ਦੂਜੇ ਦੀ ਖੁਸ਼ੀ ਦੇ ਵਿੱਚ ਸ਼ਾਮਿਲ ਥੀਂਦੇ। ਸੱਜਣੋ, ਅੱਜ ਹੈੱਡ ਪੰਜ ਨਦ ਦੇ ਉੱਤੇ ਸਾਡੀ ਧਰਤੀ ਦੇ ਸਰੈਕੀ ਵਸੂ ਦੇ ਮਹਾਨ ਫਨਕਾਰ, ਕਈ ਸੁਝਾਣ ਦੇ ਮੁਥਾਜ ਨਹੀਂ, ਅੱਜ ਕੱਲ੍ਹ ਤਾਂ ਬਹੁਤ ਸਾਰੇ ਨਵੀਂ ਨਸਲ ਦੇ ਜਿਹੜੇ ਫਨਕਾਰ ਹਨ ਉਹ ਇਹ ਅੰਦਾਜ਼ ਦੇ ਵਿੱਚ ਜਿਵੇਂ ਵੇਲੇ ਗਾਉਂਦੇ, ਅਤੇ ਮੈਂ ਕਿੱਥਾਂ ਹੀ ਗੱਪ ਸ਼ੱਪ ਦੇ ਵਿੱਚ ਇਹ ਗੱਲ ਕਰ ਵੇਂਦਾ ਕਿ ਤੁਸੀਂ ਤਾਂ ਰਾਗ ਭੋਪਾ ਦੇ ਬੈਠੇ ਹੋ। ਔਰ ਜਿੱਥਾਂ ਅਹਿਮਦ ਨਵਾਜ਼ ਛੀਨੇ ਦੀ ਕੱਟ ਦੇ ਵਿੱਚ ਬਹੁਤ ਸਾਰੇ ਫਨਕਾਰ, ਇਹ ਫਨਕਾਰ ਦੀ ਕਾਮਯਾਬੀ ਹੁੰਦੀ ਰਹਿੰਦੀ ਹੈ, ਇਹ ਫਨਕਾਰ ਦੀ ਮੰਜ਼ਿਲ ਦਾ ਅਗੂਹਾਂ ਪੰਧ ਹੁੰਦਾ ਰਹਿੰਦੇ ਕਿ ਜਿਵੇਂ ਵੇਲੇ ਲੋਕ ਉਹ ਕਾਪੀ ਕਰਨ ਪੈ ਵਜਨ, ਅਤੇ ਅਹਿਮਦ ਨਵਾਜ਼ ਛੀਨੇ ਦੀ ਕੱਟ ਦੇ ਵਿੱਚ ਸਾਡੀ ਧਰਤੀ ਦੇ ਬਹੁਤ ਸਾਰੇ ਫਨਕਾਰ
ਗਾਉਂਦੇ ਨੇ ਔਰ ਜੈ ਵੇਲੇ ਉਹ ਗਾਉਂਦੇ ਬੈਠੇ ਹੋਣ ਪਿੱਛੇ ਮੈਂ ਵੱਲ ਮਜ਼ਾਕ ਦੇ ਵਿੱਚ ਗੱਪ ਸ਼ੱਪ ਦੇ ਵਿੱਚ ਇਸ਼ਾ ਗੱਲ ਕਰਨਾ ਕਿ ਤੁਸੀਂ ਰਾਗ ਛੀਨਾ ਦੇ ਵਿੱਚ ਗਾਉਂਦੇ ਬੈਠੇ ਹੋ ਅਤੇ ਸੱਜਣੋ ਇਹ ਇੱਕ ਮੁਹੱਬਤ ਹੁੰਦੀ ਹੈ, ਇਹ ਇੱਕ ਪਿਆਰ ਹੁੰਦੇ ਆਪਣੇ ਧਰਤੀ ਵਾਸੀਆਂ ਦੇ ਨਾਲ, ਪਿਆਰ ਹੁੰਦੇ ਆਪਣੇ ਚਾਹਣ ਵਾਲਿਆਂ ਦੇ ਨਾਲ, ਪਿਆਰ ਹੁੰਦੇ ਸਾਰੀ ਧਰਤੀ ਦੇ ਖੂਬਸੂਰਤ ਫਨਕਾਰ ਜਿਨ੍ਹਾਂ ਦਾ ਤਾਲੁਕ ਜ਼ਿਲ੍ਹਾ ਬਹਾਵਲਪੁਰ ਦੇ ਨਾਲ ਹੈ ਔਰ ਅੱਜ ਉਹ ਸਾਕੋ ਇੱਥੇ ਹੈੱਡ ਪੰਜ ਨਦ ਦੇ ਉੱਤੇ ਆਪਣੇ ਸੱਜਣੇ ਦੇ ਨਾਲ ਆਪਣੇ ਚੇਤੇ ਕੋ ਸੋਹਣਾ ਕਰਨ ਸਾਂਗੇ, ਆਪਣੇ ਮਿਜ਼ਾਜ ਕੋ ਸੋਹਣਾ ਬਖਸ਼ਣ ਸਾਂਗੇ, ਕਿਉਂਕਿ ਜੇਕਰ ਫਨਕਾਰ ਦਾ ਮਿਜ਼ਾਜ ਸੋਹਣਾ ਹੁੰਦੇ ਤਾਂ ਵੱਲ ਉਹ ਮੂੰਝੇ ਕੋ ਰਹਾਵਣ ਦਾ ਕਿਰਦਾਰ ਸੁਣੱਪ ਦੇ ਵਿੱਚ ਅਦਾ ਕਰ ਸਕਦੇ, ਮਤਲਬ ਇਹ ਕਿਸੇ ਵੀ ਮਹਿਫਿਲ ਦੇ ਵਿੱਚ ਜਿਵੇਂ ਵੇਲੇ ਫਨਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨ ਦਾ ਬਿਠਾ ਆਉਂਦੇ ਤਾਂ ਉਹ ਮਹਿਫਿਲ ਦੇ ਵਿੱਚ ਮੌਜੂਦ ਲੋਕ ਜੇਕਰ ਉਹਦੇ ਫਨ ਕੋਲੋਂ ਮੁਤਾਸਰ ਥੀਂਦੇ ਪਏ ਹੋਣ ਤਾਂ ਵੱਲ ਉਹ ਫਨਕਾਰ ਦੀ ਕਾਮਯਾਬੀ ਹੁੰਦੀ ਹੈ। ਇਸ਼ੋ ਜੀ ਹਾਂ, ਮਿੱਠੜਾ ਮਨ ਭਾਵਣਾ ਸੱਜਣ ਸਾਡੀ ਮਹਿਫਿਲ ਦਾ ਅੱਜ ਹਿੱਸਾ ਹੈ, ਸਾਰੇ ਕਿਸਮਤ ਨਾਲ ਇੱਥੇ ਟਾਕਰਾ ਥੀ ਗਏ, ਮੁਹੱਬਤਾਂ ਦਾ ਮੇਲ ਥੀ ਗਏ। ਕਈ ਵਾਰੀ ਇਹਨੇ ਕੋ ਤੁਸਾਂ ਵਸੇਬ ਟੈਲੀਵਿਜ਼ਨ ਦੀ ਸਕਰੀਨ ਦੇ ਉੱਤੇ ਤੁਸਾਂ ਡਿੱਠੇ ਵੇ ਵਸੇਬ ਰੰਗ ਪ੍ਰੋਗਰਾਮ ਦੇ ਵਿੱਚ, ਇਹਨਾਂ ਦੇ ਨਾਲ ਇੱਕ ਨੱਚਣ ਵਾਲਾ ਇੱਕ ਛੋਟੀ ਕੱਦ ਵਾਲਾ ਬੰਦਾ ਹਾ ਮਲਿਕ ਰਫੀਕ ਸਿੰਘ ਔਰ ਉਹਦੇ ਨਾਲ ਨਾਲ ਇਹਨਾਂ ਦੇ ਸ਼ਾਗਿਰਦ ਦੇ ਮੋਹਤਰਮ ਕਮਲਾ ਪਹੋੜ ਸਿੰਘ, ਉਹ ਵੀ ਇਹਨਾਂ ਦੇ ਨਾਲ ਮੌਜੂਦ ਹੁੰਦੇ ਹਨ ਅਤੇ ਅਸਾਂ ਵੀ ਉੱਥੇ ਝੁੰਮਰਾ ਪੈਂਦੇ ਸੀ ਔਰ ਮੈਂ ਤਾਂ ਇਹ ਆਖਸਾਂ ਕਿ ਅੱਜ ਦੇ ਸਾਰੇ ਪ੍ਰੋਗਰਾਮ ਦਾ ਇਹ ਸੁਣਹੱਪ ਹੈ ਜਿਹੜਾ ਪ੍ਰੋਗਰਾਮ ਅਸਾਂ ਅੱਜ ਹੈੱਡ ਪੰਜ ਨਦ ਉੱਤੇ ਕਰਦੇ ਪਏ ਕਿ ਅੱਜ ਸਾਡੇ ਨਾਲ ਮੌਜੂਦ ਹਨ ਸੁਣਾ ਸਜਣ। ਮੈਂ ਤੁਹਾਡੀ ਤਰਫੋਂ, ਆਪਣੀ ਤਰਫੋਂ ਔਰ ਵਸੇ ਬਰੀਦ ਦੀ ਪੂਰੀ ਟੋਲੀ ਤਰਫੋਂ ਉਹਨਾਂ ਕੋਲ ਢੇਰ ਮੁਹੱਬਤਾਂ ਪੇਸ਼ ਕਰੇ ਸਾਂ ਔਰ ਉਹਨਾਂ ਦੇ ਨਾਲ ਜਿਹੜੇ ਦੋਸਤ ਮੌਜੂਦ ਹਨ ਜਾਮ ਰਫੀਕ ਸਾਹਿਬ ਔਰ ਲਾਲਾ ਮੁਹੰਮਦ ਨਾਦਰ ਸਿੰਘ ਇੱਥੇ ਮੌਜੂਦ ਬੈਠਣ ਤੇ ਮੈਂ ਇਹਨਾਂ ਦੇ ਨਾਲ ਇੰਨੇ ਕੋਈ ਮੁਹੱਬਤਾਂ ਪੇਸ਼ ਕਰਦਾ। ਮਲਿਕ ਬਸ਼ੀਰ ਲਾਂਗ ਭੋਪਾ ਸਿੰਘ ਸਾਰੀ ਮਹਿਫਿਲ ਦਾ ਅੱਜ ਹਿੱਸਾ ਹੈ ਇਵੇਂ ਲਈ ਇੱਥਾਂ ਹੈੱਡ ਪੰਜ ਨਾਂ ਦੇ ਉੱਤੇ, ਕਿਉਂਕਿ ਹੈੱਡ ਪੰਜ ਨਾਂ ਦੇ ਉੱਤੇ ਜਾਂ ਕਈ ਵੀ ਤਫਰੀਗਾਹ ਦੇ ਵਿੱਚ ਸੈਰ ਕਰਨ ਸਾਂਗੇ ਜਿਹੜੇ ਵੇਲੇ ਸੱਜਣ ਵੇਂਦੇ ਨੇ, ਕੋਸ਼ਿਸ਼ ਕਰਦੇ ਨੇ ਕਿ ਆਪਣੇ ਨਾਲ ਕੋਈ ਫਨਕਾਰ, ਕੋਈ ਗੁਲੂਕਾਰ, ਕੋਈ ਇੰਝਾਂ ਰੰਗ ਗਿਣਤੇ ਵਜਨ ਜਿਹਦੇ ਨਾਲ ਉੱਥੇ ਵੰਜ ਕੇ ਉਹਨਾਂ ਦਾ ਜਿਹੜੀ ਉਹ ਸੈਰ ਹੈ ਉਹ ਸੁਣਾਪ ਵਿੱਚ ਵਟੀ 'ਚ ਵਜੇ। ਮੈਂ ਢੇਰ ਮੁਹੱਬਤਾਂ ਪੇਸ਼ ਕਰ ਸਕਦਾ ਸੀ ਮਲਿਕ ਬਸ਼ੀਰ ਸਿੰਘ ਤੋਂ, ਵਸਦੇ ਰਹੋ ਲਾਲਾ ਜੀ, ਅੱਲਾ ਦੀ ਅਮਾਨ ਵਸੀ ਲਾਲਾ ਜੀ, ਤੁਹਾਡਾ ਕੋਈ ਢੇਰ ਮੁਹੱਬਤਾਂ ਸੀ ਲਾਲਾ ਜੀ, ਵਸਦੇ ਰਹੋ ਅਬਾਤ ਸ਼ਾਦ ਰਹੋ। ਸੱਜਣ ਹੁਣ ਮੈਂ ਵਿਹਲਾ ਬਿਲਕੁਲ ਨਹੀਂ ਖਣਦਾ ਪਿਆ ਔਰ ਅੱਜ ਦੀ ਮਹਿਫਿਲ ਦੇ ਸਾਰੇ ਮੇਜ਼ਬਾਨ ਹੀ ਅਸਾਂ ਆਖ ਸਕਦੇ ਹਾਂ ਕਿਉਂਕਿ ਇਹ ਇਹਨਾਂ ਦਾ ਨੇੜੇ ਦਾ ਇਲਾਕਾ ਹੈ। ਅਸਾਂ ਵੈਸੇ ਮੁਜ਼ੱਫਰਗੜ੍ਹ ਕੋਲੋਂ ਆਉਂਦੇ ਪਿਆ ਸੀ, ਇੱਕ ਡੀਂ ਕਿੱਥੇ ਰਹਿ ਗਏ, ਬਹਿ ਡੀਂ ਕਿੱਥੇ ਰਹਿ ਗਏ, ਲੇਕਿਨ ਤਰਤੀਬ ਦੇ ਨਾਲ ਅਸਾਂ ਟੁਰਦੇ ਆਏ ਹਾਂ ਔਰ ਸਾਕੋ ਅੱਜ ਸੱਤ ਦਿਹਾੜੇ ਥੀਂਦੇ ਪੈਣ ਆਉਂਦੇ ਹੋਏ ਔਰ ਹੈੱਡ ਪੰਜ ਨਾਂ ਦੇ ਉੱਤੇ ਅੱਜ ਦੀ ਸੋਹਣੀ ਮਹਿਫਿਲ ਦਾ ਜਿਹੜਾ ਮੁੰਡ ਸਭ ਦਿੰਦੇ ਪਏ ਮਿੱਠੜੇ ਮਨ ਭਾਵਣੇ ਸਜਣ ਮਲਿਕ ਬਸ਼ੀਰ ਲਾਂਗ ਭੋਪਾ ਸਿੰਘ ਮਹਿਫਿਲ ਦਾ ਮੁੰਡ ਵਧੇ ਸਨ ਔਰ ਤੁਸਾਂ ਵੀ ਚਸ ਚਸ, ਮੈਂ ਵੀ ਚਸ ਚਸ, ਮੇਰਾ ਦਿਲ ਆਦਾ ਬੈਠੇ ਕਿ ਝੁੰਮਰ ਖੇਡੂੰ, ਨਾਲ ਵਾਲੇ ਦੋਸਤ ਵੀ ਝੁੰਮਰਾ ਖੇਡ ਸਨ ਔਰ ਤੁਸਾਂ ਵੀ ਯਕੀਨਨ ਜਿੱਥੇ ਜਿੱਥੇ ਦੇਖ ਸੋ ਝੁੰਮਰਾ ਖੇਡ ਸੋ ਸਹੀ ਕੁਕਰ ਮਜਬੂਰ ਦੂਰ ਦਿੱਤੇ ਸਾਕੂ
असां समझे सिर दा सई जैकू सिर दे भर टुरवै साकू सिर दे भर टुरवै साकू असां कल्ब दा खून पिलै जैकू जालिम खून रुवै साकू दिते ठढड़े सा नाशाद जैकू ठढड़े सा भर वैसाकू ठढड़े सा भर वैसाकू को आखी ढल गे वकुत सादे ऐसा ओ शहजादे नहीं रह गए साडे हसरत मर मिट गई ओ यार इरादे नहीं रह गए आखी सेर तबहु हो दे ऐसा सामे पा दे नहीं रह गए हुन इशरत भाल हुन भाल सारी असा ते दादे नहीं रह गे असा तेरे दादे नहीं रह गे तेरे नाते बारिश आशक है साड़ी झोक ते आमत मीठी वे तेरी चुप तू काल कुरे वेड़े लब चोल अला मत मी थी वे लब चोल अला मत मी थी वे हाँ मुठ है तांग दिते है कोलू हाँ खोल अला मत मी थी वे सारा किब मंग मंग थक पे हैं मंग आप दुआ मत मी थी वे मंग आप दुआ मत मी थी वे मैं भोला भोला ना हामी वे मेकू भोला भोला तै किते तू ओला तें किते ए ठीक सेत मुखालिफ है बिया सारा रोला तें किते लई शमसू भावे गरे हां साड़ के कोला तें किते हां साड़ के कोला तें किते आप हयात पिला मैं कू या जहर पिला आज फैसला कर या प्यार दा ढोल पवा चोला या कफन पवा आज फैसला कर या कफन पवा आज फैसला कर या गल मेरे ते खंजर चला या गल चला आज फैसला कर मुख्तार दी माफ खताया मार मुका आज फैसला कर या मार मुका आज फैसला कर बेफिक्रा थी मेरी मयात ते आमता समझे कफान दी जा मंगसा
धन ते दौलत कोई ना ते तू कोई दुनिया मंगसन तेरी खातर रुक जनाजा गए तू आसे लोक दुआ मंगसन कोई शै ना पोसी भला मोए हो जानी क्या मंगदन भला मोए हो जानी क्या मंगसन तू याद रखी सुख सफर विच कोई शै पे खुट मैं याद आसा कहीं साबित शै को कहीं ले लगा कहीं जाबुट मैं याद आसा लगा कहीं जाबुट मैं याद आसा या शाम कुवल दे पखुआ दा डिठो कहीं जा जुट मैं याद आसा ਟੁੱਟ ਮੈਂ ਯਾਦ ਆਸਾਂ ਜਦਾਂ ਵੇਸਾਂ ਟੁੱਟ ਮੈਂ ਯਾਦ ਆਸਾਂ ਪਾਣੀ ਨਹਿਰਾਂ ਦਾ ਮੂੰਹ ਤੇ ਸਾਡਾ ਹੈ ਢੋਲਾ ਕੰਨ ਪਿੱਛੂ ਗੈਰਾਂ ਦਾ ਉਹ ਜ਼ਾਲਿਮ ਸ਼ਾਇਦ ਬਾਤ ਆ ਗਈ ਨਹੀਂ ਇਹ ਗੱਲ ਦਾ बस यार दिल वे कमला यार ता बस यार दिल नझिण क्या करनी माने संगीतियां को जियो ਕਮਲਾ ਯਾਰ ਤਾਬਤ ਯਾਰ ਹੋਂਦਲ ਵੇ ਕਮਲਾ ਯਾਰ ਤਾਬਸ ਯਾਰ ਹੋਂਦਲ ਵੇ ਕਹਿੰਦੇ ਨਹੀਂ ਇਹ ਗੱਲ ਦਾ ਹਾਰ ਹੋਂਦਲ ਵੇ ਕਮਲਾ ਯਾਰ ਤਾਬਸ ਯਾਰ ਸੱਜਣੋ ਉਮੀਦ ਹੈਡ ਪੰਜ ਨਾਲ ਦੇ ਉੱਤੇ ਆਏ ਹੋਏ ਲੋਕ ਜਿਵੇਂ ਜਿਹੜੀ ਸੋਚ ਦੇ ਨਾਲ ਆਉਂਦਨ ਜਿਹੜੇ ਮਿਜ਼ਾਜ ਦੇ ਨਾਲ ਆਉਂਦਨ ਆਹ ਕਿਵੇਂ ਸੱਜਣ ਸੰਗਤੀ ਯਾਰ ਦੋਸਤ ਖਾਸ ਤੌਰ ਦੇ ਉੱਤੇ ਜ਼ੁੰਮੇ ਦੇ ਦਿਹਾੜੇ ਇੱਥਾਂ ਢੇਰ ਰਸ਼ ਹੁੰਦੇ ਕਿਉਂਕਿ ਵਰਕਸ਼ਾਪਾਂ ਦੇ ਵਿੱਚ ਦੁਕਾਨਾਂ ਦੇ ਉੱਤੇ ਛੁੱਟੀ ਦਾ ਦਿਹਾੜਾ ਹੁੰਦੇ ਔਰ ਯਾਰ ਦੋਸਤ ਸੰਗਤੀ ਸੰਗਤ ਸਾਥ ਇਕੱਠੇ ਥੀ ਕੇ ਆਉਂਦਨ ਇਵੇਂ ਹੀ ਨਾਲ ਪਤੀਲਾ ਜਾਂ ਥਾਲ ਚਾਹ ਕੇ ਆਉਂਦਨ ਔਰ ਆ ਕੇ ਇਵੇਂ ਆਪਣੀਆਂ ਮਹਿਫਲਾਂ ਰਸੇਂਦਨ ਠਹੇਂਦਨ ਔਰ ਮੈਂ ਵੀ ਆਖੇ ਕਿ ਅੱਜ ਆਪਣੇ ਸੱਜਣ ਪਿਆਰੇ ਹਾਂ ਦੇ ਠਾਰਿਆਂ ਕੋ ਹੈਡ ਪੰਜ ਨਾਲ ਦੋ ਤੇ ਉਹੋ ਜਿਹੇ ਰੀਤ ਰਸਾ ਕੇ ਦਿਖਾਵਾਂ ਕਿ ਜਿਹੜੀ ਰੀਤ ਦੇ ਰੰਗ ਕੋ ਈ ਵਸਵੇ ਦੇ ਲੋਕ ਔਰ ਈ ਹੈਡ ਪੰਜ ਨਾਲ ਦੋ ਤੇ ਆਏ ਹੋਏ ਦੂਰ ਦਰਾਜ਼ ਪੰਧੇੜੂ ਲੋਕ ਆ ਕੇ ਆਪਣੇ ਸੱਜਣ ਦੇ ਨਾਲ ਆ ਕੇ ਇਵੇਂ ਥਾਲ ਜਾਂ ਇਵੇਂ ਪਤੀਲੇ ਜਾਂ ਮਹਿਫਲਾਂ ਠਹਾ ਕੇ ਸਜਾ ਕੇ ਆਪਣੇ ਮਿਜ਼ਾਜ ਕੋ ਵੱਧ ਇੱਕ ਵਾਰੀ ਇੱਕ ਹਫ਼ਤੇ ਵਾਸਤੇ ਨਵਾਂ ਨਕੋਰ ਕਰ ਦਿੰਦੇ
और वत ई भाले दे विच रहे वेंदन के वत अगले जुमे या कहीं ईद खुशी दे मौके दे उते हेड पांजना दे उते वेसूं और वत उथे वन के अपनिया महफिलां ठहेसूं रसेसूं। सजणो अज दी साडी महफिल दे विच मैं दिली तौर उत्ते मशहूर हाँ सारी धरती के खूबसूरत मिठड़े सुरीले मन भावने फनकार जिन्हें तालुक जिला बहावलपुर है लेकिन इतों को बिल्कुल नज़दीक तरीन इलाका है, अधे किलोमीटर का फासला है बहावलपुर जिला शुरू थी वेंदे। असा बिल्कुल जिला मुजफ्फरगढ़ के छेकड़ के बन्ने के उत्ते मौजूद ही से सुना सजन सही मलिक बशीर लांग भोपा सिंह मौजा लांग गरमांडे से वेना से लांग गरवा है इतों को अधे किलोमीटर के फासले देते लेकिन वो जिला बहावलपुर है। आज दी सारी महफिल को सोना कितने ने सुहाएने रसायने और तुहा को जस चवाई ने यकीन तो बहुत चंगा लगा उसी सजनों कहीं अगले पॉइंट दोते तुहारे नाल वाल थी मुलाकात तुसा सारे नाल रहा हेड पांजना दे उते ही मौजूद ही से और ईमेल इतना बहुत सारा दुकान है मच्छी दा छपरे लगे हुए हैं बल्कि सैकड़े की तादाद दे विच असा आख सकते हैं दूतरा नहर इतों को निकल दिन जेड़ा नहर निकल दिन उन दुहें किनारे दे उते इमें जिमें पेटा है नाल उते बेहतरीन जा है उन जा दे उते छपरे जो हैं और सैर करने वाले लोग इतना आके सोने सोने माहौल दे विच दरिया की मच्छी तली हुई मच्छी था के खादन चसा चाहन। मैं इतना ये दोस्त मौजूद है दुकानदार इन्हें नाल गाल मुहाड़ कर रहे हैं और इन्हें को पुछते हैं कि इतना इन्हों को किमें लगते कि जिस वेले ईद खुशी का मौका हो या कोई छुट्टी का दिहाड़ा हो इतना कितों कितों को कितनी तादाद दे विच लोग आदन अपना ना दस नज़ीर अहमद साजा मोहब्बत मेरा सलाम कबूल करे। वालेकुम सलाम। अच्छा लाला नज़ीर अहमद कितने अरसे को इतना ये दुकान लाई अठ दस साल थी गए। अच्छा कितों कितों को लोग अंदाजा इतना आवेदन हेड पांजना दूर को आवेदन परे को किमें लगते जे निहार इतना ढेर रश हो अच्छा लगते जरा तो खिलदा खणी बहुत चंगा लगते। अपना नाम दसो। वसीम। वसीम बेटा केड़े इलाके दे जलालपुर दे जलालपुर च सैर करण आए वदे हो दुकान है स्कूल वेना पर काम सीखता पे मच्छी दा वो गया हमें स्कूल वैसे पढ़ाना चाहिए तुम्हारा बाल है। चलो अल्लाह तरक्की दे वैसे कितने अरसे को बैठी आई सारा सब कुछ थी था 12 साल ऐसी कोई ए झा रंग जेड़ा तो कद ही ना भूलिया होवे हेड पांजना दे उते 10 साल को इतना रहा पे कोई ऐसा कहीं इलाके दा ऐसा टूर आया हो कोई स्टूडेंट ना कोई बालें दा उन्हें आके इतना पेड़ पा दिता हो सर इतना घर जेरे वे इतना घर टूर आते ना इतना घर सा उले बहार हो जाए जी हाँ सही साढ़िया रौनक हो जाए इतना उन्हें दे आवन साढ़े चेहरे साड़ी रौनक मजीद वध वेंदी है। वाह वाह दुकानदारी दुकानदारी भी वध वेंदी है साड़ी रौनक भी वध वेंदी है ਸਾਡੇ ਵਿੱਚ ਖੁਸ਼ੀ ਬਹੁ ਆ ਵੈਂਦੀ ਹੈ। ਵਾਹ ਵਾਹ ਵਸਤੇ ਰਹੇ ਅਮਨ ਨਾਲ ਔਰ ਉਹ ਵੀ ਜਿਹੜੇ ਲਈ ਥਾ ਕਿ ਤੁਹਾ ਕੋ ਮਿਲਦੇ ਨੇ ਮੱਛੀ ਦੇ ਦਿਨ ਉਹ ਵੀ ਡੋੜੇ ਖੁਸ਼ ਉਹ ਵੀ ਬੜੇ ਖੁਸ਼ ਥੇ ਨੇ। ਵਾਹ ਵਾਹ ਉਹਨਾਂ ਨੂੰ ਮੱਛੀ ਮਿਲਦੀ ਹੈ ਵੀਆਈਪੀ ਮੱਛੀ ਮਿਲਦੀ ਹੈ ਅੱਛੀ ਤੋਂ ਅੱਛੀ ਮੱਛੀ ਮਿਲਦੀ ਹੈ ਦਰਿਆ ਦੀ ਮੱਛੀ ਮਿਲਦੀ ਹੈ ਪਕੌੜਾ ਮਿਲਦੇ ਸਿੱਜੀ ਮਿਲਦੀ ਹੈ ਪੇਪਰ ਜੀ ਮਿਲਦੀ ਹੈ ਹਰ ਕਿਸਮ ਦੀ ਮੱਛੀ ਮਿਲਦੀ ਹੈ ਉਹਨਾਂ ਨੂੰ ਇਹਦਾ ਮਤਲਬ ਹੈ ਕਿ ਬੜੇ ਖੁਸ਼ ਥੇ ਨੇ ਇਹਦਾ ਮਤਲਬ ਹੈ ਕਿ ਇਹ ਖੁਸ਼ੀਆਂ ਦੇ ਵਰਤਾਵੇ ਦੀ ਜਾ ਹੈ ਹੈਡ ਪਾਂਜਨਾ ਸਜਣੋ ਖੁਸ਼ੀਆਂ ਦੇ ਵਰਤਾਵੇ ਦੀ ਜਾ ਖੁਸ਼ੀਆਂ ਦੇ ਭੰਡਾਰੇ ਦੀ ਜਾ ਇਥਾਂ ਆਉਣ ਵਾਲੇ ਲੋਕ ਵੀ ਖੁਸ਼ ਥੇ ਨੇ और इतों के इतना जो लोग मेज़बानी कर उन्हें भी तासुरात सुन की थे वो डोड़े खुश थी और मैं इमेल सारे नाल दसो असा कई बे पीढ़ी के भी तो घिनते जुलते पे हैं बिने सजने के नाल तुरी मुलाकात कर पाकिस्तान का नारे का जवाब दसो पाकिस्तान। अपना नाम दस गुलाम हैदर सर गुलाम हैदर मच्छी वाला मला हेड पॉइंट मशहूर। कितना मुद गुजर गई है सर अं मच्छी के जिंदगी गुजरी है
میں بچہ ہم تے چھوٹا جا تے میں 12 14 سال دا تے کم دے وچ آیا اے کم نہیں اے خدمت ہے بس لوکاں دی خدمت ہے بالکل سر بالکل اے خدمت ہے مطلب الحمدللہ لوگ آنن بڑے اتنے مثالیں رکھی پے ہو تساں الحمدللہ مثالیں بھی اچھے آج تک دوست بھی کوئی اعتراض نہیں کیتا سر سبحان اللہ جی تواڈے خیال دے مطابق جڑا نا سی کیونکہ تو ساری زندگی مچھی چ گزری ہے یس سر کھاون دے وچ سب تو زیادہ ٹیسٹی کیڑی مچھی پہلے سب تو کھاون تو پہلے مچھی اسے تا اتھا سرکا اے اپنا سرکیے چ لیندیا ڈمبرا تے سارے پنجاب شہر دے وچ لیندے نوں کو رو جی سر رو اچھا ویسے سب تو بہتر بیسٹ رو ہوں تو بعد سول سنگھارا یا اتھا چھوٹا ڈھونگڑا مچھی ملدی ہے اوں کو لینا انڈسٹری روٹ جی جی سر لوگ ویسے وہ کوئی انڈسٹری روٹ چلے اساں ڈھونگڑا مچھی چلے دیا تے پہلا بیسٹ نمبر رو ڈمبرا جی سر الحمدللہ با غلام حیدر پرانا دکاندار مچھلی فروش کلی پیپر بھی سٹیم کریندیا اور سجی بلیندیا اور فرائی مچھی فرائی بھی کریندیا واہ 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 سجنو ہیڈ پنج ناد دی مچھی مچھی بڑی اچھی واہ واہ راؤ ڈمبرا راؤ سڈے پنجابی دے ڈمبرا آدن سرائکی دے وچ اور ہر ویرائٹی دی مچھی بھائی دریا راوی دا اپنی چناب چڑھی دی دریا راوی سر سبحان اللہ سر سارے دریا پنج ند ہیڈ پنج ند اس واسطے کہ پنج دریا وی تھا ستلج بیاس راوی چناب تے جہلم اوندے نال نہر ایک پنج ند ہیڈ پنج ند دی پنج ند نہر مکس ہوندی ہے کتنا نہراں ایتھوں نکلدا ایتھے سر ترے نہر تھیندی پین کیڑا نہراں سی پنج ند ہیڈ تھی گیا وڈا تے پنج ند دا نام نہر اون تو بعد عباسیہ کینال یہ نویں جڑی نہر نکلے سر یہ اپنا ابو ظہبی دی جڑی چلے دین یہ روئی دے علاقے دے وچ وندی پئی سر جی سر سجنوں ترائے نہراں نکل دین ایک نہر دا نام ہے پنج ند نہر دوجی نہر دا نام ہے عباسیہ تے نہر دا نام ہے پنج ند نہر دا نام پنج ند ہے ہیڈ دا نام بھی پنج ند ہے بھائی ایک نہر ہے اون دا نام پنج ند ہے دوجی عباسیہ کینال دوجی نہر ہے عباسیہ کینال کیڑے علاقے وچ پلیندی ہے او بھی یعنی کہ او بھی قاسم والے پاسے وندی ہے ہیڈ بنگلے قاسم والے پاسے سر بہاولپور روہی والے پاسے اون پاسے جی جی سر اور ای ویلے تریجی ایک نئی نہر نکلتی ہے اون دا نام ہے عباسیہ ابو دا کیا نام ہے تریجی نہر دا ابا او کوئی ویسے وڈے ہیندے نہر دے وچ شمار او بھی روہی دے علاقے وچ وندی ہے نام کیا ہے اون دا ابو ظہبی لنک لکھ ابو ظہبی لنک ترائے نہراں نکل دین ہیڈ پنج ند تو میں ایک دفعہ ولا دسندا جلا ہیڈ دا نام بھی پنج ند ہے اور ایک نہر چوں نکلدی ہے اون نہر دا نام بھی پنج ند ہے دوجی نہر ہے جڑی عباسیہ کینال ہے بہاولپور دے علاقے دے وچ وندی ہے روہی دے علاقے دے وچ وندی ہے اور تریجی نہر جڑی ہے او نویں نہر نکلی ہے ابو ظہبی لنک دے نام نالو مشہور ہے ذرا نعرے دا جواب دیونے رل کے پاکستان زندہ باد سجنو ہیڈ پنج ند تے ہی موجود سی ایتھا کچھ بیے دوست بئی ایک ٹھیے دے تے مچھی دے ٹھیے دے تے ایتھا سجن موجود ہیں انہیں کو اساں اپنے پروگرام دے ست بسم اللہ بھی آکھسوں اور انہاں دا تعارف بھی پوچھسوں انہاں دے نال گال مہاڑ بھی کرندے ہیں لالا جی السلام علیکم کیا حال ہے ٹھیک ٹھاک ہے خوش ہے طبیعت صحت سلام سی اسیں بس ذرا ایسا کیا حال ہے ٹھیک ٹھاک اپنا نام دسے نام سی سیاہ حسین ہے میرے میں پہلوانی کراں واہ 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 کیڑے علاقے نال تعلق ہے میرا علاقہ سی نظر الہٹی ہے ہیڈ پنج ند بھی اپنا ہیڈ پنج ند ٹپ کے اگو نظر والی ہٹی نظر الہٹی ہے میں پہلوانی کراں چلو تسا کتنے عرصے کول پہلوانی کرندے تو شوق کیویں لگا 7 سال تو اسا پہلوانی کرن اور اپنے خاندان ساڈا بھی پہلوانا پہلا تسا اپنے خاندان دے جڑے پہلوان تواڈے ہن انہاں دی ذرا ترتیب تو کو یاد ہو جی اسیں او مامو حسین خان میرا مامو ائی او بھی پہلوانی کرن ائی او ساڈا استاد ہے پیر بہسن لشاری او بھی بہت بڑا پہلوان ہے 7 ملکاں تو تھی آیو دبئی ایران عراق پورے ملکاں نو پہلوان ہے بیا بھی ساڈا استاد بھی ہے برا بھی ہے جن ساکوں اور دا پیچ دسے نے خدا بھائی پہلوان اچھا اے کھاڑے واسطے سب تو بہتر ٹائم کیڑا ہے جڑا کھاڑا مارن واسطے سب تو بہتر ہے جڑا گرمی وچ پہلوان سویرے کرن اساں وی سویرے کرن ہن جویں ٹھڈی میٹھی موسم میں والا اساں پچھلے ٹائم کرن سیکنڈ ٹائم کریندے ہو تساں واہ واہ تو نال مل کے وڈی خوشی تھئی ہے فیاض پہلوان سے وڈی مہربانی اور لالا جی تساں اپنا نام دسو میرا نام محمد الیاس ہے اور لال فیاض پہلوان نے دسے کہ تساں دنگل کرویندے بھائی جان اساں بلوچ فیملی دا ساڈا تعلق ہے
تے بلوچ دے خون ویسے بھی پہلوانی موجود ہے بلوچ نہ بھی گرمی دا تے جوش دا نہ ہے ویسے میں خود بھی مطلب ایز اے سپورٹس رہ گیا کرکٹ کھیلے سے کبڈی دا میں تحصیل لیول دا بڑا اچھا کھلاڑی رہ گئے سے نامور ان دے بعد میرا اے لڑکا ہے وکاس احمد اے بھی پہلوانی کرن دے انہاں دے شاگرد نے انہاں دے اساں متاثر تھے دنگل فلم تو سڈی سے کہ لڑکیاں اگر انٹرنیشنل وندے ملک واسطے کوئی میڈل لا سکدے تے اساں بھی اپنے بالوں کو ای فیلڈ گھنوں سڈے ملک دی ترقی واسطے نہ روشن کسی قوم دا وی ملک دا وی ایندے تے تاثر سارے تے اثر تن میں انہاں کو پہلوانی گھنے تے الحمدللہ نے محنت کرنے پے تے اے 30 تو 40 کشتاں لڑ چکے اور بہترین انداز اے ویندے پن استاد فیاض پہلوان سنگھ دے نال ایتھاں ملاقات تھئی اے لشاری صاحب بلوچ برادری دے نال تعلق ہے اور ایتھاں دو نوجوان پہلوانے دے نال وی ساری ملاقات تھی ہے اور ای دھرتی دے خوبصورت مٹھڑے من بھاونے فنکار سے ملک بشیر لانگ بھوپا صاحب دے نال ساری اج ایتھاں ملاقات تھی گئی ہے اور انہیں دا وی اساں سونا مٹھڑا من بھاونا رنگ سنیا وی سی بلکہ انہیں دے نال رل کے اساں وی سنایا جھمرا پاتیا یقیناً تو بہت چنگا لگا ہو سی اندے نال ہی پروگرام دا ویلا بالکل توڑ کو پڑدا پے اپنے میزبان عارف ملگانی کو وسیب ریت دی پوری ٹولی دے نال ہیڈ پنج ند تو ڈھیر ڈھیر دعائیں تے محبتیں دے نال دیسو اجازت ہے انشاءاللہ کہ اگلی وسوں دے اتے ول تساں سجنے دے نال تھیسن ملاقاتاں انشاءاللہ جت وسو خوش وسو ہیں سی رل کے نعرے دا جواب دسو انشاءاللہ جت وسو خوش وسو تو کو اللہ سنے دی امان رل کے نعرے دا جواب دسو پاکستان زندہ باد